ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਕਰਦੇ ਹਾਂ, ਸੁਖੀ ਪੈਸੇ ਨਾਲ ਨਹੀਂ ਅਕਲ ਨਾਲ ਹੋਵਾਂਗੇ। ਹਾਂਜੀ, ਧਿਆਨ ਨਾਲ ਸੁਣੋ ਜੀ। ਜਿਹਨੂੰ ਜਿਉਣ ਦਾ ਚੱਜ ਨਾ ਆਇਆ, ਜਿਹਨੂੰ ਸਮਝ ਨਾ ਆਈ, ਜਿਉਣ ਲਈ ਪੈਸਾ ਜ਼ਰੂਰੀ ਨਹੀਂ, ਅਕਲ ਜ਼ਰੂਰੀ ਹੈ। ਸੁੱਖ ਦੀ ਜ਼ਿੰਦਗੀ ਜਿਉਣੀ ਹੈ, ਅਕਲ ਹੋਵੇ। ਪੈਸਾ ਬੜਿਆਂ ਕੋਲ ਹੈ, ਅਕਲ ਨਾ ਹੋਣ ਕਰਕੇ ਨਰਕ ਭੋਗਦੇ ਹੈ। ਬੜੇ ਬੰਦਿਆਂ ਨੇ ਆਪਣੀ ਜ਼ਿੰਦਗੀ ਨਰਕ ਵਿੱਚ ਬਣਾਈ ਹੋਈ ਹੈ। ਅਕਲ ਵਾਲਾ ਬੰਦਾ ਘੱਟ ਪੈਸੇ ਵਾਲਾ ਹੋਵੇ, ਜ਼ਿੰਦਗੀ ਵਿੱਚ ਖੁਸ਼ ਰਹਿ ਸਕਦਾ ਹੈ। ਛੱਪੜੀਆਂ ਵਿੱਚ ਵੀ ਲੋਕ ਖੁਸ਼ ਰਹਿ ਸਕਦੇ ਨੇ ਜੇ ਅਕਲ ਹੋਵੇ। ਇੱਕ ਬੰਦਾ ਗੱਡੀ ਘਰ ਚ ਲਿਆ ਕੇ ਚੌਥੇ ਦਿਨ ਮੂੰਹ ਬਣਾ ਕੇ ਬੈਠਾ ਹੁੰਦਾ, ਕੀ ਹੋ ਗਿਆ, ਕੋਈ ਜ਼ਿੰਦਗੀ ਵਧੀਆ ਨਹੀਂ, ਹਲੇ 3 ਦਿਨ ਹੀ ਹੋਏ ਨੇ ਗੱਡੀ ਲੈ ਨੂੰ ਘਰ ਚ। ਪਰ ਜਿਹਨੂੰ ਅਕਲ ਹੈ, ਪਰ ਉਹ ਕਿਸੇ ਗਰੀਬ ਦੀ ਧੀ ਹੋਵੇ। ਹਵਾ ਆਈ, ਹਨੇਰੀ ਆਈ, ਟਾਣਾ ਟੁੱਟ ਗਿਆ ਦਰਖਤ ਦਾ। ਉਹ ਲੈ ਕੇ ਆ ਰਹੀ ਹੈ ਬੜੀ ਟੋਰ ਨਾਲ ਕਿ 5-6 ਦਿਨ ਦਾ ਬਾਲਣ ਆ ਗਿਆ। ਗੱਡੀ ਵਾਲਿਆਂ ਨਾਲੋਂ ਵੀ ਸੁਖੀ ਹੈ ਜਿਹਨੇ ਖੁਸ਼ ਰਹਿਣਾ, ਉਹਨੇ ਉੱਥੇ ਵੀ ਰਹਿ ਲੈਣਾ। ਇਹ ਕਲਾ ਹੈ। ਇੱਕ ਵਾਰੀ ਅਕਲ ਆ ਗਈ, ਜਿੱਥੇ ਵੀ ਰਹੀਏ ਆਨੰਦ 'ਚ ਰਹਿ ਸਕਦੇ ਹਾਂ। ਐਗਜ਼ਾਮਪਲ, ਜਿਹੜੇ ਬੰਦੇ ਨੂੰ ਬਾਂਸੁਰੀ ਵਜਾਉਣੀ ਆ ਜਾਵੇ, ਉਹ ਵਜਾ ਸਕਦਾ ਹੈ ਕਿ ਨਹੀਂ? ਉਹਨੂੰ ਜਿੱਥੇ ਮਰਜ਼ੀ ਬਿਠਾ ਦਿਓ, ਲੈ ਜਾਓ, ਉਹ ਬਾਂਸੁਰੀ ਵਜਾ ਸਕਦਾ ਹੈ। ਚਾਹੇ ਰੂੜੀ 'ਤੇ ਬਿਠਾ ਲਓ, ਚਾਹੇ ਅਮਰੀਕਾ ਲੈ ਕੇ ਵਜਾ ਲਓ, ਚਾਹੇ ਜੇਲ੍ਹ 'ਚ, ਚਾਹੇ ਛੱਪੜਾਂ 'ਚ ਬਿਠਾ ਲਓ, ਕਿਉਂਕਿ ਉਹਨੇ ਸਿੱਖ ਲਈ। ਇੱਕ ਵਾਰ ਸਿੱਖ ਲਈ, ਚਾਹੇ ਜੇਲ੍ਹ ਹੋਵੇ, ਚਾਹੇ ਕੰਡੇ ਹੋਣ, ਚਾਹੇ ਛੱਪੜੀ ਹੋਵੇ, ਕੁਛ ਵੀ ਹੋਵੇ, ਉਹ ਵਜਾ ਸਕਦਾ। ਇੱਕ ਇਹ ਕਲਾ ਹੈ, ਅਤੇ ਮੇਰਾ ਗੁਰੂ ਸਿਖਾਉਂਦਾ ਹੀ ਹੈ ਕਿ ਖੁਸ਼ ਕਿੱਦਾਂ ਰਹਿਣਾ, ਦੁੱਖ ਨੂੰ ਮੰਨਣਾ ਕਿੱਦਾਂ, ਦੁੱਖਾਂ ਦੇ ਵਿੱਚ ਸਰਵਾਈਵ ਕਿੱਦਾਂ ਕਰਨਾ। ਜਿਹਨੂੰ ਜ਼ਿੰਦਗੀ ਦੀ ਜਾਂਚ ਆ ਗਈ, ਉਹਨੇ ਹਰੇਕ ਦੁੱਖ ਤੋਂ, ਹਰੇਕ ਮੁਸ਼ਕਿਲ ਤੋਂ ਨਵਾਂ ਲੈਸਨ ਲੈ ਕੇ ਅੱਗੇ ਜਾਣਾ। ਜਿਹਨੂੰ ਖੁਸ਼ ਰਹਿਣਾ ਨਹੀਂ ਆਉਂਦਾ, ਉਹਨੂੰ ਅਮਰੀਕਾ ਲੈ ਜਾਓ, ਉੱਥੇ ਵੀ ਰੋਂਦਾ ਹੀ ਹੈ। ਜਿਹਨੂੰ ਨਹੀਂ ਜਾਂਚ ਹੱਸਣ ਦੀ, ਨਹੀਂ ਖੁਸ਼ ਰਹਿਣ ਦੀ ਕਲਾ ਜਿਹਨੇ ਨਹੀਂ ਸਿੱਖੀ, ਉਹ ਚਾਹੇ ਲਾਲੜੂ ਬੈਠਾ, ਉੱਥੇ ਵੀ ਰੋਂਦਾ ਹੀ ਹੈ। ਡੱਡੂ ਮਾਜਰਾ ਬੈਠਾ ਹੈ, ਉੱਥੇ ਵੀ ਰੋਂਦਾ ਹੀ ਹੈ। ਜ਼ਮੀਨ ਵਿਕਜੂ, ਚੰਡੀਗੜ੍ਹ ਫਲੈਟ ਲੈ ਲੂ, ਉੱਥੇ ਵੀ ਰੋਂਦਾ ਹੀ ਹੈ। ਇਹ ਨਹੀਂ ਪਤਾ ਮੁੰਡਾ ਕਨੇਡਾ ਚਲਾ ਜਾਏ, ਮਗਰ ਹੀ ਕਨੇਡਾ ਜਾ ਕੇ ਦੇਖੋ, ਉੱਥੇ ਵੀ ਰੋਂਦਾ ਹੀ ਹੈ। ਇਹ ਰੋਣਾ ਹੀ ਆਉਂਦਾ ਹੈ ਇਹਨੂੰ ਬਸ। ਜਿਹੜੇ ਬੰਦੇ ਨੂੰ ਹੱਸਣ ਦੀ ਕਲਾ ਹੈ, ਉਹ ਚਾਹੇ ਅਮਰੀਕਾ ਹੋਵੇ, ਉੱਥੇ ਵੀ ਖੁਸ਼ ਹੈ। ਚੰਡੀਗੜ੍ਹ ਫਲੈਟ ਨਾ ਮਿਲਿਆ, ਡੱਡੂ ਮਾਜਰਾ ਹੀ ਖੁਸ਼ ਹੈ। ਡੱਡੂ ਮਾਜਰਾ ਫਲੈਟ ਨਾ ਮਿਲਿਆ, ਉਹ ਲਾਲੜੂ ਵੀ ਖੁਸ਼ ਹੈ, ਕਿਉਂਕਿ ਉਹਨੂੰ ਹੱਸਣਾ ਆਉਂਦਾ ਹੈ। ਕਲਾ ਹੈ, ਜਾਂਚ ਹੈ, ਫਿਰ ਕੀ ਸਿੱਖਣਾ ਹੈ? ਖੁਸ਼ ਰਹਿਣ ਦੀ ਕਲਾ। ਜ਼ਿੰਦਗੀ ਜਿਉਣੀ ਕਿੱਦਾਂ, ਇਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਣੀ ਸੀ, ਜਾਂਚਾ ਸਿੱਖਣੀ ਸੀ। ਸੁਣੋ ਸ਼ਬਦ, ਭਲੀ ਸੁਹਾਵੀ ਛਾਪਰੀ,
ਜਾ ਮਹਿ ਗੁਣ ਗਾਏ ਕਿਤ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ ਅੰਨ ਦੇ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਗਰੀਬੀ ਚ ਵੀ ਆਨੰਦ ਚ ਰਹਿ ਸਕਦਾ ਹੈ ਇਹ ਜਿੰਨੇ ਕਹਿੰਦੇ ਨੇ ਗਰੀਬੀ ਚੱਕ ਦਿਓ ਗੁਰੂ ਸਾਹਿਬ ਗਰੀਬੀ ਚੱਕ ਦਿਓ ਕਹਿੰਦੇ ਗਰੀਬੀ ਚ ਵੀ ਆਨੰਦ ਚ ਰਹਿ ਜਾ ਸਕਦਾ ਹੈ ਗਰੀਬੀ ਚ ਵੀ ਆਨੰਦ ਚ ਰਿਹਾ ਜਾ ਸਕਦਾ ਹੈ ਇਸ ਗੱਲ ਦੀ ਗਰੰਟੀ ਲੈ ਮੋਟਰਸਾਈਕਲ ਮਿਲ ਗਿਆ ਖੁਸ਼ ਰਹੇਗਾ ਸਾਰੀ ਉਮਰ ਖੁਸ਼ ਰਹੇਗਾ ਲਿਖ ਕੇ ਦੇ ਤੇਰਾ ਵਿਆਹ ਹੋ ਜਾਂਦਾ ਹੈ ਤੂੰ ਦੁੱਗਣਾ ਦੁਖੀ ਹੋ ਜਾਵੇ ਅੱਗੇ ਇਕੱਲਾ ਹੁਣ ਘਰ ਵਾਲੀ ਨਾਲ ਡਬਲ ਦੁੱਖ ਹੈ ਗਰੰਟੀ ਲੈ ਨਾ ਇੱਥੇ ਜੇ ਤੁਸੀਂ ਸੁਖੀ ਰਹਿਣਾ ਹੈ ਤੇ ਕੀ ਗਰੰਟੀ ਹੈ ਇਹ ਚੀਜ਼ ਮਿਲ ਕੇ ਆਨੰਦ ਆਜੂ ਜਿਹਨੂੰ ਆਨੰਦ ਆਉਂਦਾ ਹੈ ਉਹਨੂੰ ਥੋੜ੍ਹੇ 'ਚ ਵੀ ਆ ਜਾਂਦਾ ਹੈ ਜਿਹਨੂੰ ਨਹੀਂ ਆਉਣਾ ਉਹਨੂੰ ਜ਼ਿਆਦਾ 'ਚ ਵੀ ਨਹੀਂ ਆਉਣਾ ਇੱਕ ਜਿਹੜਾ ਪੈਡਲ ਮਾਰਦਾ ਜਾਂਦਾ ਹੈ ਕਹਿੰਦਾ ਹੈ ਉਹ ਸ਼ੁਕਰ ਮਾਲਕਾ ਕਿੰਨੀਆਂ ਬਿਮਾਰੀਆਂ ਤੋਂ ਬਚੇ ਪਏ ਹਾਂ ਪਸੀਨਾ ਰੋਜ਼ ਨਿਕਲਦਾ ਹੈ 3-4 ਕਿਲੋਮੀਟਰ ਰੋਜ਼ ਪੈਡਲ ਮਾਰੀਦਾ ਜਾਈਦਾ ਹੈ ਆਈਦਾ ਹੈ ਮਤਲਬ ਕਿ ਉਸ ਬੰਦੇ ਨੇ ਉਹਦੇ 'ਚੋਂ ਵੀ ਕੁਝ ਲੱਭ ਲੈਣਾ ਹੈ ਖੁਸ਼ ਹੋਣ ਲਈ ਸਭ ਲੱਭ ਲੈਣਾ ਹੈ ਨਿੱਕੇ ਜਿਹੇ ਬੱਚੇ ਨੂੰ ਵੇਖਿਓ ਕੀੜੇ ਜਾਂਦੇ ਨੂੰ ਵੇਖ ਖੁਸ਼ ਹੋ ਜਾਂਦਾ ਹੈ ਖੁਸ਼ ਹੋਣ ਲੱਗ ਜਾਂਦਾ ਹੈ ਨਿੱਕੇ ਜਿਹੇ ਕੁੱਤੇ ਨੂੰ ਵੇਖ ਖੁਸ਼ ਹੋਣ ਲੱਗ ਜਾਂਦਾ ਹੈ ਛਾਲਾਂ ਮਾਰਨ ਲੱਗਦਾ ਹੈ ਮੈਨੂੰ ਫੜਾਓ ਖਿੜ ਜਾਂਦਾ ਹੈ ਖੁਸ਼ੀ ਵਿੱਚ ਖਿੜ ਜਾਂਦਾ ਹੈ ਉੱਥੇ ਵੀ ਖੁਸ਼ੀ ਲੱਭ ਲੈਂਦਾ ਹੈ ਤੇਰੀ ਘਰਵਾਲੀ ਸਾਹਮਣੇ ਬੈਠੀ ਹੈ ਨਿਆਣੇ ਸਾਂਭਦੀ ਹੈ ਕੋਠੀਆਂ ਪਾਈ ਬੈਠੇ ਨੇ ਗੱਡੀ ਗੇਟ 'ਤੇ ਖੜ੍ਹੀ ਹੈ ਤਾਂ ਵੀ ਉਹਨੂੰ ਖੁਸ਼ੀ ਨਹੀਂ ਦਿਸਦੀ ਸੁਪਨਾ ਕੀ ਹੈ ਦਿਮਾਗ 'ਚ ਫਲਾਣੀ ਚੀਜ਼ ਮਿਲ ਜਾਂਦੀ ਕੰਮ ਮਿਲ ਜਾਂਦਾ ਫਿਰ ਸੁੱਖ ਆਉਂਦਾ ਗਰੰਟੀ ਲੈਣਾ ਕੀ ਹੋਜੂ ਸੁਖੀ ਮਿਲ ਕੇ ਸੁਖੀ ਹੋਜੂ ਮਿਲ ਕੇ ਗਰੀਬੀ 'ਚ ਵੀ ਆਨੰਦ 'ਚ ਰਹਿ ਸਕਦਾ ਹੈ ਹਾਂਜੀ ਸੁਣੋ ਅੱਗੇ ਸ਼ਬਦ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਉ ਇਹ ਬਡਪਨਾ ਮਾਇਆ ਲਪਟਾਏ ਸੜ ਜਾਏ ਇਹੋ ਜਾ ਬੁੜਪਨ ਅੱਗ ਲਾਉਣੀ ਇਹੋ ਜਿਹੇ ਵੱਡੇ ਹੋਣ ਨੂੰ ਕਿ ਬੰਦੇ ਦੀ ਪੀਸ ਓ ਮਾਇੰਡ ਹੀ ਖਤਮ ਹੋ ਜਾਏ ਅੰਦਰ ਦਾ ਸਕੂਨ ਹੀ ਚੱਲਿਆ ਜਾਏ ਅੱਗ ਲਾਉਣੀ ਇਹੋ ਜਿਹੇ ਬੁੜਪਨ ਨੂੰ ਫਾਇਦਾ ਕੀ ਹੈ ਇਹਨਾਂ ਚੀਜ਼ਾਂ ਦਾ ਹਾਂਜੀ ਅੱਗੇ ਸੁਣੋ ਸ਼ਬਦ ਪੀਸਣ ਪੀਸ ਓਡ ਕਾਮਰੀ ਸੁਖ ਮਨ ਸੰਤੋਖਾਏ ਮਨ ਸੰਤੋਖ ਵਿੱਚ ਹੋਵੇ ਬੰਦਾ ਗਰੀਬੀ ਕੱਟੇ ਚਾਹੇ ਚੱਕੀਆਂ ਪੀਂਦਾ ਫਿਰੇ ਕੋਈ ਫਰਕ ਨਹੀਂ ਅੱਗੇ ਸੁਣੋ
ਐਸੋ ਰਾਜ ਨਾ ਕੀਤੈ ਕਾਜ, ਜਿਤਨ ਹੈ ਤ੍ਰਿਪਤਾਏ। ਜੇ ਤ੍ਰਿਪਤੀਓ ਨਾ ਆਈ ਤਾਂ ਕਾਜ ਕਿਸ ਕੰਮ, ਜੇ ਰੱਜਿਆ ਨੀ ਨਾ ਤਾਂ ਰਾਜਾ ਕਾਹਦਾ ਹੋਇਆ। ਰੱਜਿਆ ਰਾਜਾ ਜੇ ਛਪਰੀ ਚ ਰੱਜਿਆ, ਉੱਥੇ ਵੀ ਰਾਜਾ ਹੈ, ਸੰਤੁਸ਼ਟ ਹੈ, ਖੁਸ਼ ਹੈ। 10,000 ਕਮਾਉਂਦੇ ਹੈ ਜੀ, ਬੜਾ ਖੁਸ਼ ਹਾਂ। ਕੋਸ਼ਿਸ਼ ਕਰ ਰਹੇ ਹਾਂ 12 ਹੋਵੇ, ਜਿੰਨਾ ਚਿਰ 12 ਨਹੀਂ ਹੁੰਦੇ 12 ਲਈ ਓਨਾ ਚਿਰ ਯਤਨਸ਼ੀਲ ਹਾਂ ਕਿ 12 ਕਮਾਉਣਾ ਮਹੀਨੇ ਦਾ। ਜਦੋਂ 12 ਤੇ ਆ ਗਿਆ ਤਾਂ ਅੱਜ ਵੀ ਖੁਸ਼ ਹਾਂ। ਜੇ ਮਿਹਨਤ ਨਾਲ 14 ਹੋ ਜੇ, 15 ਹੋ ਜੇ, 15 ਤੋਂ 30 ਹੋਵੇ, ਹੌਲੀ ਹੌਲੀ ਮਿਹਨਤ ਨੂੰ ਅੱਗੇ ਲੈ ਕੇ ਚੱਲੀਏ। ਮਗਰ ਜੇ ਅੱਜ 15 ਹੈ, ਅੱਜ ਵੀ ਖੁਸ਼ ਹਾਂ ਕਿਉਂਕਿ ਸਾਨੂੰ ਜਿਉਣਾ ਆਉਂਦਾ ਹੈ। ਹਾਂਜੀ, ਅੱਜ ਦਾ ਵਿਸ਼ਾ ਇੰਨਾ ਹੀ। ਖੁਸ਼ ਰਹੋ ਜ਼ਿੰਦਗੀ ਵਿੱਚ, ਜਿੰਨਾ ਹੈਗਾ ਪਰਮਾਤਮਾ ਦਾ ਸ਼ੁਕਰ ਕਰੋ, ਸ਼ੁਕਰ ਕਰਿਆ ਕਰੋ, ਮਿਹਨਤ ਕਰਦੇ ਰਹੋ, ਹੱਸਦੇ ਰਹੋ, ਵੱਸਦੇ ਰਹੋ। ਅਗਲੀ ਵੀਡੀਓ ਬਹੁਤ ਹੀ ਜਲਦ ਲੈ ਕੇ ਆਵਾਂਗੇ। ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।